ਅੱਜ ਦਾ ਮੁੱਖ ਕੀ ਕਾਰਨ ਜੀ ਇੱਥੇ ਅੱਜ ਬੜੇ ਸ਼ਾਰਟ ਨੋਟਸ ਤੇ ਜਿਹੜੀ ਅੱਜ ਦੀ ਪੀਸੀ ਕਾਲ ਕੀਤੀ ਗਈ ਸੀ ਤੁਹਾਨੂੰ ਸਾਰੇ ਸਾਥੀਆਂ ਨੂੰ ਅਸੀਂ ਮੈਸੇਜ ਲਗਾਇਆ ਸੀ ਸਭ ਤੋਂ ਪਹਿਲਾਂ ਤੁਸੀਂ ਸਾਰੇ ਇੱਥੇ ਪਹੁੰਚੇ ਹੋ ਸਾਰੇ ਪੱਤਰਕਾਰ ਭਾਈਚਾਰੇ ਦਾ ਅਸੀਂ ਸਾਰੇ ਧੰਨਵਾਦ ਕਰਦੇ ਹਾਂ ਸਾਡੀ ਪੂਰੀ ਟੀਮ ਵੱਲੋਂ ਤੁਹਾਡੇ ਸਾਰਿਆਂ ਦਾ ਇੱਥੇ ਪਹੁੰਚਣ ਤੇ ਤਹਿ ਦਿਲੋਂ ਧੰਨਵਾਦ ਹੈ ਅਸੀਂ ਸਾਰੇ ਜਾਣਦੇ ਹਾਂ ਕਿ ਜਿਹੜਾ ਸਮਾਂ ਹੈ ਉਹ ਬੜਾ ਨਾਜ਼ੁਕ ਸਮਾਂ ਚੱਲ ਰਿਹਾ ਹੈ ਕਰੋਨਾ ਮਹਾਂਮਾਰੀ ਦੇ ਕਰਕੇ ਹਾਲਾਤ ਜਿਹੜੇ ਆ ਉਹ ਠੀਕ ਨਹੀਂ ਬਹੁਤ ਸਾਰੀ ਜਗ੍ਹਾ ਤੇ ਜਿਹੜਾ ਡਰ ਦਾ ਮਾਹੌਲ ਵੀ ਜਿਹੜਾ ਹੈ ਉਹ ਬਣਿਆ ਹੋਇਆ ਹੈ ਤੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਜਿਹੜੇ ਪੇਸ਼ੈਂਟ ਹੈ ਉਹਨਾਂ ਦੀ ਤਾਦਾਦ ਜਿਹੜੀ ਹੈ ਉਹ ਬਹੁਤ ਜ਼ਿਆਦਾ ਹੈਗੀ ਹੈ ਤੇ ਪਿੰਡਾਂ ਦੇ ਵਿੱਚ ਲੋਕਾਂ ਨੇ ਆਪਣੇ ਲੈਵਲ ਤੇ ਵੀ ਜਿਹੜਾ ਹੈ ਉਹ ਲੋਕਡਾਊਨ ਲਾਇਆ ਹੋਇਆ ਤਾਂ ਅੱਜ ਦਾ ਜਿਹੜਾ ਮੇਨ ਏਜੰਡਾ ਹੈ ਕਿ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦਿੱਲੀ ਅਰਵਿੰਦ ਕੇਜਰੀਵਾਲ ਜੀ ਨੇ ਦਿੱਲੀ ਦੇ ਵਿੱਚ ਇੱਕ ਬੜਾ ਵਧੀਆ ਫੈਸਲਾ ਲਿਆ ਚੰਗਾ ਫੈਸਲਾ ਲਿਆ ਕਿ ਜਿਹੜੇ ਪਰਿਵਾਰਾਂ ਦੀ ਇਸ ਕਰੋਨਾ ਮਹਾਂਮਾਰੀ ਦੀ ਭਿਆਨਕ ਬਿਮਾਰੀ ਕਰਕੇ ਮੌਤ ਹੋ ਜਾਂਦੀ ਹੈ ਤਾਂ ਅਰਵਿੰਦ ਕੇਜਰੀਵਾਲ ਜੀ ਨੇ ਹਰ ਇੱਕ ਉਹ ਪਰਿਵਾਰ ਜਿਹਦਾ ਕੋਈ ਮੈਂਬਰ ਕਮਾਉਣ ਵਾਲਾ ਇਸ ਬਿਮਾਰੀ ਦੇ ਜ਼ਰੀਏ ਉਹਦੀ ਮੌਤ ਹੋ ਜਾਂਦੀ ਹੈ ਤਾਂ ਸੀਐਮ ਸਾਹਿਬ ਨੇ ਇੱਕ ਬੜਾ ਵਧੀਆ ਫੈਸਲਾ ਲਿਆ ਕਿ ਉਹਨਾਂ ਦੇ ਪਰਿਵਾਰ ਨੂੰ 50,000 ਰੁਪਇਆ ਦਿੱਲੀ ਸਰਕਾਰ ਵੱਲੋਂ ਮਦਦ ਦਿੱਤੀ ਜਾਊਗੀ ਤਾਂ ਕਿ ਪਰਿਵਾਰ ਨੂੰ ਥੋੜਾ ਰਿਲੀਫ ਮਿਲੇ ਇਸੇ ਚੀਜ਼ ਨੂੰ ਲੈ ਕੇ ਅੱਜ ਦੀ ਸਾਡੀ ਪੀਸੀ ਹੈ ਤੇ ਅਸੀਂ ਮੰਗ ਵੀ ਕਰ ਰਹੇ ਹਾਂ ਪਿਛਲੇ 7-8 ਦਿਨਾਂ ਤੋਂ ਸੋਸ਼ਲ ਮੀਡੀਆ ਦੇ ਜ਼ਰੀਏ ਜਾਂ ਸਾਡੇ ਲੀਡਰ ਸਾਹਿਬਾਂ ਕਿ ਪੰਜਾਬ ਸਰਕਾਰ ਵੀ ਏਦਾਂ ਦਾ ਕਦਮ ਉਠਾਵੇ ਤਾਂ ਕਿ ਲੋਕਾਂ ਨੂੰ ਥੋੜੀ ਰਿਲੀਫ ਮਿਲੇ ਤਾਂ ਉਹਦੇ ਪ੍ਰੈਸ਼ਰ ਵਿੱਚ ਆ ਕੇ ਜਿਹੜਾ ਅਮਰਿੰਦਰ ਸਿੰਘ ਜੀ ਸਾਡੇ ਮੁੱਖ ਮੰਤਰੀ ਪੰਜਾਬ ਉਹਨਾਂ ਵੱਲੋਂ 1500 ਰੁਪਇਆ ਜਿਹੜੀ ਇਹ ਰਾਸ਼ੀ ਘੋਸ਼ਿਤ ਕੀਤੀ ਗਈ ਹੈ ਕਿ ਜੇ ਕਿਸੇ ਦੀ ਕਰੋਨਾ ਕਰਕੇ ਮੌਤ ਹੋ ਜਾਂਦੀ ਹੈ ਤਾਂ 1500 ਰੁਪਇਆ ਉਹਨਾਂ ਦੇ ਬੱਚਿਆਂ ਨੂੰ ਜਿਹੜਾ ਹੈ ਇੱਕ ਪੈਨਸ਼ਨ ਦੇ ਰੂਪ ਵਿੱਚ ਦਿੱਤਾ ਜਾਊਗਾ ਤੇ ਨਾਲ ਹੀ ਉਹਨਾਂ ਨੇ ਉਸ ਗੱਲ ਨੂੰ ਗੋਲ ਘੁਮਾ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਕਿ ਜਿਹੜੇ ਉਹਨਾਂ ਪਰਿਵਾਰਾਂ ਦੇ ਬੱਚੇ ਹੈ ਉਹਨਾਂ ਦੀ ਸ਼ਾਦੀ ਵਾਸਤੇ ਜਿਹੜੀ ਸ਼ਗਨ ਸਕੀਮ ਹੈ ਉਹ ਅਸੀਂ 51,000 ਰੁਪਇਆ ਦੇਵਾਂਗੇ ਤਾਂ ਸਾਡਾ ਕਹਿਣਾ ਇਹ ਹੈ ਕਿ ਜਿਹੜਾ ਅਰਵਿੰਦਰ ਕੈਪਟਨ ਅਮਰਿੰਦਰ ਸਿੰਘ ਜੀ ਦਾ ਇਹ ਫੈਸਲਾ ਹੈ 1500 ਰੁਪਏ ਵਾਲਾ ਅਸੀਂ ਉਹਦਾ ਬਿਲਕੁਲ ਸਵਾਗਤ ਕਰਦੇ ਹਾਂ ਅਸੀਂ ਵਿਰੋਧੀ ਧਿਰ ਹੋਣ ਦੇ ਬਾਵਜੂਦ ਉਹਦਾ ਸਵਾਗਤ ਕਰਦੇ ਹਾਂ ਪਰ ਕਿਤੇ ਨਾ ਕਿਤੇ ਅਸੀਂ ਇਹ ਵੀ ਕਹਿਣਾ ਚਾਹੁੰਦੇ ਹਾਂ ਕਿ ਇਹ ਠੀਕ ਨਹੀਂ ਲੱਗਦਾ ਇਹ ਪੂਰੀ ਤਰ੍ਹਾਂ ਠੀਕ ਨਹੀਂ ਲੱਗਦਾ ਕਿ ਤੁਸੀਂ ਸਿਰਫ 1500 ਰੁਪਏ ਦੇ ਕੇ ਆਪਣਾ ਜਿਹੜਾ ਉਹ ਆਪਣੀ ਜ਼ਿੰਮੇਵਾਰੀ ਤੋਂ ਭੱਜਦੇ ਹੋ ਤਾਂ ਸਾਡੀ ਜਿਹੜੀ ਮੰਗ ਹੈ ਕਿ ਦਿੱਲੀ ਦੀ ਤਰਜ਼ ਤੇ ਕੈਪਟਨ ਸਾਹਿਬ ਡਾਇਰੈਕਟ ਜਿਹੜੀ ਮਦਦ ਹੈ ਉਹ ਦੇਣ ਜਿਹੜਾ ਵੀ ਪਰਿਵਾਰ ਇਹਦੇ ਤੋਂ ਪੀੜਿਤ ਹੈ ਕਿਸੇ ਪਰਿਵਾਰ ਦੀ ਮੁਖੀ ਦੀ ਜੇ ਇਸ ਮਹਾਮਾਰੀ ਦੇ ਦੌਰਾਨ ਮੌਤ ਹੋ ਜਾਂਦੀ ਹੈ ਤਾਂ ਕੈਪਟਨ ਸਾਹਿਬ ਤੋਂ ਅਸੀਂ ਮੰਗ ਕਰਦੇ ਹਾਂ ਸੀਐਮ ਪੰਜਾਬ ਜੀ ਤੋਂ ਅਸੀਂ ਮੰਗ ਕਰਦੇ ਹਾਂ ਕਿ ਲੋਕਾਂ ਦੀ ਖਾਤਰ ਪੰਜਾਬ ਦੇ ਲੋਕਾਂ ਦੀ ਖਾਤਰ ਉਹਨਾਂ ਲੋਕਾਂ ਨੂੰ ਘੱਟੋ ਘੱਟ 50,000 ਰੁਪਇਆ ਜਿਹੜੀ ਹੈ ਉਹ ਮਦਦ ਦਿੱਤੀ ਜਾਵੇ ਤਾਂ ਕਿ ਲੋਕਾਂ ਦੀ ਜਿਹੜੀ ਆਰਥਿਕ ਸਥਿਤੀ ਹੈ ਉਹ ਥੋੜੀ ਜੇ ਕਿਸੇ ਪਰਿਵਾਰ ਦਾ ਜੀ ਗੁਆਚ ਸਕਦਾ ਜਾਂਦਾ ਹੈ ਤਾਂ ਅਸੀਂ ਉਹਨੂੰ ਪੂਰਾ ਤਾਂ ਨਹੀਂ ਕਰ ਸਕਦੇ ਇਸ ਘਾਟੇ ਨੂੰ ਪਰ ਥੋੜੀ ਜਿਹੀ ਰਿਲੀਫ ਦੇ ਸਕਦੇ ਹਾਂ ਉਹਨਾਂ ਦੀ ਡਾਇਰੈਕਟ ਮਦਦ ਕਰਕੇ ਤਾਂ ਇਹ ਇਸ ਚੀਜ਼ ਤੇ ਅਸੀਂ ਜਿਹੜਾ ਅੱਜ ਦੀ ਪੀਸੀਸੀ ਤੇ ਨਾਲ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਅਸੀਂ ਮੰਗ ਕਰਦੇ ਹਾਂ ਕਿ ਕੈਪਟਨ ਸਰਕਾਰ ਹਰ ਕਰੋਨਾ ਪੀੜਤ ਪਰਿਵਾਰ ਦੇ ਚੰਗੇ ਜੀਵਨ ਬਸਰ ਲਈ ਨਗਦ ਰਾਸ਼ੀ ਦਾ ਐਲਾਨ ਕਰੇ ਜਿਵੇਂ ਕਿ ਮੈਂ ਪਹਿਲਾਂ ਕਿਹਾ ਕਿ ਜਿਹੜੀ ਉਹ ਮਦਦ ਹੈ ਉਹਨਾਂ ਨੂੰ ਡਾਇਰੈਕਟ ਦੇਣੀ ਚਾਹੀਦੀ ਹੈ ਇਹ ਨਹੀਂ ਕਿ ਉਹਨਾਂ ਦੇ ਬੱਚਿਆਂ ਨੂੰ ਬਾਅਦ ਚ ਸ਼ਗਨ ਸਕੀਮ ਅਸੀਂ ਦੇਵਾਂਗੇ ਬਹੁਤ ਸਾਰੇ ਪਰਿਵਾਰਾਂ ਚ ਜ਼ਰੂਰੀ ਨਹੀਂ ਹੈ ਕਿ ਸਾਰਿਆਂ ਦੇ ਬੱਚੇ ਹੀ ਹੋਣ ਜੇ ਕਿਸੇ ਦੀ ਮੁਖੀ ਦੀ ਡੈਥ ਹੋ ਜਾਂਦੀ ਹੈ ਬਹੁਤ ਸਾਰੇ ਬੱਚੇ ਇਹੋ ਜਿਹੇ ਹੋ ਸਕਦੇ ਆ ਵੀ ਜਿਹੜੇ ਮੈਰਿਡ ਹੋਣਗੇ ਜਾਂ ਕੋਈ ਬਾਅਦ ਚ ਲਾਭ ਲੈਣ ਵਾਲਾ ਨਹੀਂ ਹੋਏਗਾ ਤਾਂ ਅਸੀਂ ਇਹ ਮੰਗ ਕਰਦੇ ਹਾਂ ਕਿ ਡਾਇਰੈਕਟ ਮਦਦ ਜਿਹੜੀ ਹੈ ਉਹਨਾਂ ਪਰਿਵਾਰਾਂ ਨੂੰ ਦਿੱਤੀ ਜਾਵੇ ਦੂਸਰੀ ਜਿਹੜੀ ਸਾਡੀ ਮੰਗ ਹੈ ਉਹ ਇਹੀ ਹੈ ਕਿ ਕੈਪਟਨ ਸਾਹਿਬ ਵੀ ਦਿੱਲੀ ਸਰਕਾਰ ਦੇ ਫੈਸਲੇ ਦੇ ਵਾਂਗ 50,000 ਰੁਪਇਆ ਜਿਹੜਾ ਹੈ ਹਰ ਕਰੋਨਾ ਪੀੜਤ ਪਰਿਵਾਰ ਨੂੰ ਜਿਹੜਾ ਹੈ ਉਹ ਮਦਦ ਦੇਣ ਦੂਸਰੀ ਸਾਡੀ ਮੰਗ ਇਹ ਹੈ ਤੀਸਰੀ ਸਾਡੀ ਮੰਗ ਇਹ ਹੈ ਕਿ ਜਿਹੜੇ ਸਾਡੇ ਵੀਰ ਭੈਣਾਂ ਭਰਾ ਡਾਕਟਰ ਦੇ ਰੂਪ ਚ ਹੋਣ ਚਾਹੇ ਜਾਂ ਹੋਰ ਜਿੰਨੇ ਵੀ ਕਰੋਨਾ ਵਾਰੀਅਰ ਜਿਹੜੇ ਇਸ ਲੜਾਈ ਨੂੰ ਅੱਗੇ ਹੋ ਕੇ ਲੜ ਰਹੇ ਹੈ ਉਹਨਾਂ ਸਾਰੇ ਭਰਾਵਾਂ ਦੀ ਜੇ ਕਿਸੇ ਦੀ ਕਿਸੇ ਭਰਾ ਦੀ ਭੈਣ ਦੀ ਇਸ ਮਹਾਮਾਰੀ ਕਰਕੇ ਮੌਤ ਹੋ ਜਾਂਦੀ ਹੈ ਕਿਸੇ ਵੀ ਕਰੋਨਾ ਵਾਰੀਅਰ ਦੀ ਤਾਂ ਅਸੀਂ ਮੰਗ ਕਰਦੇ ਹਾਂ ਕਿ ਦਿੱਲੀ ਦੀ ਤਰਜ਼ ਤੇ ਉਹਨਾਂ ਨੂੰ
एक करोड़ रुपया जिदा दिल्ली दे विच किसी भी जिहड़ा फ्रंट लाइन ते काम कर रहा कोरोना की लड़ाई दे विच किसी की भी मौत होंगी है तो दिल्ली सरकार एक करोड़ रुपया उस परिवार नूं दे रही है ते नाल एक नौकरी दे रही है। तो असीं भी मांग करते हैं कि जिहड़े लोग साडे लई लड़ रहे हैं साडे परिवारां लई लड़ रहे हैं साडे पंजाब दे लोकां लई लड़ रहे हैं तो साडी सरकार का फर्ज बनता है कि जे उन्हां दे परिवार का कोई जी इस महामारी करके इस दुनिया तो चलिया जाता जिहड़ा अगे होके लड़ाई लड़ रहा है तो ओहदे परिवार की रिलीफ दे लई एक करोड़ रुपया ते जिहड़ी नाल पक्की नौकरी उन्हां दे परिवार दे एक जी नूं दित्ती जावे। सारिया चीजा सी जिन्हां नूं लैके अज असीं थोड़े जरिए कैप्टन सरकार तक ते पंजाब दे लोकां तक ये पहुंचाउण दी कोशिश साडे सारे जिलिआं च अज प्रेस कॉन्फ्रेंस चल रही है ताकि पंजाब दे लोकां तक भी ये गल पहुंचाई जावे कि एक पासे दिल्ली सरकार है जिहड़ी लोकां दी इस महामारी दे दौरान पूरी तरह बांह फड़ रही है अपने वालों पूरी कोशिश कर रही है तो पंजाब सरकार नूं भी असीं विरुद्ध नहीं है। कुछ चीजा ठीक भी हो रही है कुछ चीजा गलत भी है चलो जेड़िया गलत है उन्होंने आम आदमी पार्टी विरोधी धिर के रूप च लोगों के सामने भी लैके आ रही है सरकार से भी प्रेशर बना रही है कि उन्होंने ठीक कराया जाए तो असी जी मंग करते हैं कि पंजाब सरकार जिहड़ा ये सारिया चीजा करे ताकि लोगों नूं थोड़ी जी होर रिलीफ मिले। अज का मुद्दा अज का जिस तरह जिला प्रधान ने कि दुनिया अज आई टी पी सी का मकसद यही सी कि जी पंजाब सरकार हैगी कैप्टन सरकार हैगी इन्होंने जिन्हें भी जो वादे किए कोई वादा नहीं पूरा कर रहा जो कोरोना के दौरान जी है जो अपने केजरीवाल सरकार दिल्ली सरकार जो उन्होंने कल तीन चार ऐलान किए ने उन्होंने ये ऐलान है कि जो फ्रंट के वॉरियर है जो डॉक्टर है जो कोई जिन्हें हॉस्पिटल अपने जी डिस्पेंसरिया काम कर रहे हैं जेडे उन्होंने कम से कम एक करोड़ रुपया उन्होंने डेथ तो बाद प्लस उन्होंने बीमा भी किया जाए उन्होंने इंश्योरेंस होनी चाहिए उन्होंने ताकि बाय चांस उन्होंने परिवार को किसी कोई दिक्कत आ जाती है उन्होंने इंश्योरेंस मिलनी चाहिए है उन्होंने इंश्योरेंस देनी चाहिए है। बाकी जी जिन्हें भी अपने सरकार हैगी हर फ्रंट से फेल हुई पी है अज मैं देखा है अखबार से पढ़ रहा एम्बुलेंसा जी है उन्होंने जी ऑक्सीजन देने वास्ते भी उन्होंने अगर जो हॉस्पिटल ने रेफर हॉस्पिटल तो बन ही चुके ने जेडे ने दसते सानू पहला जरा जरा फाजिलका चाहिए मुसीबत पूरे पंजाब जसीबत का हड़ आया जिते कोरोना वायरस ने लोगों का नक्के दम किया है बहुत सारिया वे पद्धर उत्ते मौत हो रही उतो मैं आपका ध्यान एक टैस पोस्ट वाल भी लिया ध्यान दवाना चाहना म्यूनसिपल कमेटिया के मुलाजम एक्शन कमेटी पंजाब वालों पिछले 13 तरीक तो अपनी हकी के जायज मंगों लैके हड़ताल से सरकार से भरोसा क्यों नहीं आता जदों भी दिल्ली की केजरीवाल सरकार कोई ना कोई ऐलान करती है उदो इन्हों याद आ जाता असं भी कोई सत्ते पे कैप्टन साहब ने याद आ जाता भी असं कुछ कर लीए पर करे इन्होंने खजाने के कुछ होएगा तो खजाना इन्हों एक पीपा है जिहड़ा खाली उहदे विच है कख नहीं। मैं याद करवाना चाहना कि पिछले 2016 तो पूरे पंजाब के मुलाजमान नूं डीए नहीं मिलिया लखां रुपया एरियर अज तक उन्हों का सारा ही बकाया भी है उस तो इलावा पे स्केल बहुत छोटिया छोटिया स्टेटा भी पे स्केल देता है पर पंजाब जिहड़ा नंबर वन दा किसी समय के उत्ते पंजाब सी जिथे सब तो पहला पे स्केल लागू होंदे सी अज एक एक 2016 तो 6 साल का समा लग चुकिया अज तक किसी का पे स्केल लागू नहीं किया। आ साडे म्यूनसिपल कमेटी के मुलाजमान ने बड़िया हक्की जिथे सानू दुख इस गल का आंदा है भी सफाई का बहुत बुरा हाल है पूरे पंजाब विच। मैं तो फाजिलका की गल करांगा कोई भी गली महला नहीं जिथे कूड़े के वड्डे वड्डे ढेर नहीं लगे हुए लोगों का लंघना दुभर है लोग बड़ी मुश कोरोना के नाल नाल इस गल तो ही लोग बहुत दुखी है ते जे सरकार कोल इन्ने पैसे के भंडार भरे तो फिर म्यूनसिपल कामियां की जिहड़ी उन्हां दी तनखाह तां उन्हां तां बड़ी जायज गल कही है भी सानू समय सिर तनखाह दिती जावे और यह गल बिल्कुल सही है भी किसी भी गरीब का काम करन ते पसीना सुकण तों पहलां उहनूं उहदी
तनखाह मिलनी चाहिए, पैसे मिलने चाहिए है, पर असि हैरान होंगे भी जो उन्होंने एक महीना काम करने तो बाद भी 27-28 तरीक तक तनखा ही नहीं दी जाती और 7-8 हजार रुपए काम कर रहे बंदे और उन्हों का इन्ना माड़ा हाल है कि उन्होंने पिछले 2011-12 समय के एग्रीमेंट भी अज तक सरकार ने नहीं की और पूरे का पूरा सारा सिस्टम वो जरा प्राइवेट किया है। उन्होंने डिमांडा वाल ध्यान दिता जाए, उन्होंने डिमांडा मन के उन्होंने हड़ताल खत्म कराई जाए, जिथे पंजाब सरकार इस गल का सेंटर से बहुत ज्यादा तवा लाउंदी है भी किसानां दी मंगां नहीं मन रहन, अपने अंदर भी चात मारन भी ये लोग भी 13 तरीक तो हड़ताल से बैठे किन्नी वार इन्होंने मीडिया से बुला के लोगों दी समस्या वाल ध्यान दिता है। इस करके मैं ध्यान इन्हां दिवाउणा चाहुंदा कि कांग्रेस पार्टी के 19 MC इत्थे फाजिलका दे विच काम करदे, किसी ने भी इन्हां दी मंगां वाल अज तक ध्यान नहीं दिता और उन्होंने किसी ने कोई चिंता नहीं भी फाजिलका दे विच हो की रहा है, फाजिलका दे विच इन्नी गंदगी क्यों है, क्योंकि उन्होंने तो आदि गड्डिया गड्डी लिया नवी हो 7-7 वारी लड्डू ही वंड रहे, कदे भारतीय जनता पार्टी आले कह देंदे कहिंदे जी असीं तां इहदे हक च नहीं सी, जदों मैं सी मीटिंग च हाजिर सी उस मीटिंग दे विच किसी ने विरोध नहीं उत्थे कीता, 2-3-4 बंदे ने सिर्फ विरोध किया, पर मेरे वीरो असीं तां हैरान हां भी इन्हां दी जिहड़ी मंगां उन्हां नूं मन्निया जावे, उन्हां दीआं बड़ियां जायज़ मंगां, इह पोस्टर सारे प्रेस वाले वीरां नूं बेनती है भी इन्हां दे विच इन्हां ने की नजायज़ मंगे, कोई कुछ मंगिया जिहड़ा इन्हां कोल खोया होया नवा तो उन्होंने कुछ मंग ही नहीं लिया। इस करके इन्हां दी मंगां नूं जल्दी हल करके जिहड़ी फाजिलका दी जिहड़ी सफाई उहदे वल ध्यान दिता जाए ता इह ना होवे कि कोरोना वर्गी महामारी घटे ते इस तों ज्यादा वड्डी महामारी होर लोकां दे सामने आ जाए। आप सारिया का बहुत बहुत जेकर सरकार इन्हां दीआं मंगां नहीं मंदी तां की आम आदमी पार्टी इन्हां दे नाल संघर्ष करेगी? बिलकुल इन्हां दे नाल, पर असीं इस गल दे वी ध्यान च रखदे आं भी लोगों की सफाई वाल भी ध्यान दिता जाए, ए गलती सरकार की है ना कि उन्होंने लोगों की जिहड़ी आपकी मंग कर रही, पर असीं इस गल दा सानू दुख है भी सरकार के नुमाइंदियां नूं और कांग्रेस पार्टी के MCA नूं इस गल वाल ध्यान ही नहीं भी असीं शहर की सफाई करवानी है, सानू लोगों की तकलीफ का पता है भी असीं सफाई करवानी और असीं दुखी हुंदे आ जदों सीवरेज बंद हुंदे आ, लाइटां बंद पईआं, जदों लोगों दीआं नालियां बंद पईआं, कूड़े नाल भरीआं, हनेरियां का समा है, सारियां नालियां पूरी तरह भरीआं, लोगों की तकलीफ का सानू पता, पर जदों असीं दूजे की तकलीफ नूं वेखदे आ तो उन्हें तकलीफ भी बराबर है। इस करके असीं इस दा दबाव सरकार ते बनाउणे आ और सरकार इस गल की जिम्मेवारी उन्हां नूं हड़ताल वास्ते मजबूर किया है। अज दा टाइम जिहड़ा आपां पिछले साल तो कोरोना महामारी तो अपना देश जूझ रहा है, तो आपां सब नूं पता कि कोरोना जिहड़ी महामारी इस टाइम साडे देश विच इन्ना कोई भयानक रूप धारण कर चुकी है कि इस टाइम वड्डे तो लैके छोटा हरेक शख्स इहदे तों परेशान है, क्योंकि लॉकडाउन लग चुकी है और लोगों को अपनी रोज की नीड्स नूं पूरा करने वास्ते भी पैसे नहीं है, जिहड़े जॉब ते जा रहे ने मैनूं लगदा उन्हां नूं भी कोई पैसे नहीं मिल रहे, कोई सैलरीज नहीं मिल रही, मैनूं लगदा कि भावे अगर आपां छोटे बच्चे की गल करिए अगर वह भी कदे ऑनलाइन क्लासिज लगा रहे हैं ਤਾਂ ਇਸ ਟਾਈਮ ਉਹ ਵੀ ਸਫਰ ਆ ਰਹੇ ਕਿਉਂਕਿ ਉਹ ਵੀ ਕਿਤੇ ਨਾ ਕਿਤੇ ਕੋਰੋਨਾ ਮਹਾਮਾਰੀ ਦਾ ਹੀ ਸ਼ਿਕਾਰ ਹੈ ਕਿਉਂਕਿ ਜਿਹਦੇ ਕਰਕੇ ਲੋਕਡਾਊਨ ਹੋ ਚੁੱਕਿਆ ਤੇ ਮੈਨੂੰ ਲੱਗਦਾ ਕਿ ਜਿਹੜੀ ਜੋ ਕੇਜਰੀਵਾਲ ਸਰਕਾਰ ਦਿੱਲੀ ਵਿੱਚ ਮੁੱਖ ਮੰਤਰੀ ਹੋਣ ਦੇ ਹੋਣ ਹੈਗੇ ਨੇ ਤਾਂ ਉਹ ਇੰਨੇ ਅੱਛੇ ਕੰਮ ਕਰ ਰਹੇ ਨੇ ਕਿ ਕੋਰੋਨਾ ਮਹਾਮਾਰੀ ਨਾਲ ਜੇ ਡੈਥ ਹੁੰਦੀ ਹੈ ਤਾਂ 50,000 ਰੁਪਇਆ ਦਿੱਤਾ ਜਾਣ ਦਾ ਐਲਾਨ ਕੀਤਾ ਗਿਆ। ਇਸ ਤੋਂ ਇਲਾਵਾ ਅਗਰ ਘਰ ਦੇ ਵਿੱਚ ਕਿਸੇ ਕਮਾਊ ਬੰਦੇ ਦੀ ਕੋਰੋਨਾ ਨਾਲ ਡੈਥ ਹੁੰਦੀ ਹੈ ਤਾਂ ਉਹਨਾਂ ਨੂੰ ਵੀ ਅੱਗੇ ਮੁਆਵਜ਼ਾ ਤੇ ਨਾਲ ਪੈਨਸ਼ਨ ਵਗੈਰਾ ਦੀ ਸਕੀਮ ਜਾਂ ਅੱਗੋਂ ਨੌਕਰੀ ਦੇਣ ਦੀ ਫੈਸਿਲਿਟੀ ਦਿੱਤੀ ਗਈ ਹੈ। ਮੈਂ ਅੱਜ ਦੀ ਪ੍ਰੈਸ ਕਾਨਫਰੰਸ ਦੇ ਥਰੂ ਕੈਪਟਨ ਸਰਕਾਰ ਨੂੰ ਇਹ ਕਹਾਂਗੀ ਕਿ ਅਗਰ ਕੇਜਰੀਵਾਲ ਸਰਕਾਰ ਦਿੱਲੀ ਵਿੱਚ ਹੈਗੇ ਤਾਂ ਉਹ ਵੀ CA ਵੀ ਨੇ, ਹੈਗੇ ਤਾਂ ਉਹ ਵੀ ਮੁੱਖ ਮੰਤਰੀ ਨੇ, ਅਗਰ ਉਹ ਦਿੱਲੀ ਵਿੱਚ ਇੰਨਾ ਕੁਛ ਕਰ ਸਕਦੇ ਨੇ ਤਾਂ ਇਸ ਟਾਈਮ ਪੰਜਾਬ ਦੇ ਵਿੱਚ ਇੰਨਾ ਕ੍ਰੂਸ਼ੀਅਲ ਟਾਈਮ ਚੱਲ ਰਿਹਾ ਕਿ ਹਰੇਕ ਪਰਸਨ ਤੋਂ ਪਰੇਸ਼ਾਨ ਹੈ ਤਾਂ ਕੈਪਟਨ ਅਮਰਿੰਦਰ ਸਰਕਾਰ ਕਿਉਂ ਨਹੀਂ ਲੋਕਾਂ ਦੇ ਵੱਲ ਧਿਆਨ ਦੇ ਰਹੀ, ਕਿਉਂ ਨਹੀਂ ਲੋਕਾਂ ਨੂੰ ਸੋਚ ਰਹੀ? ਕੱਲ ਜਾਂ ਪਰਸੋਂ ਦਾ ਇੱਕ ਮੁੱਦਾ ਹੈ, ਫਿਰੋਜ਼ਪੁਰ ਦੇ ਵਿੱਚ ਸ਼ਹੀਦ ਭਗਤ ਸਿੰਘ ਕਾਲਜ, ਟੈਕਨੀਕਲ ਕਾਲਜ, ਉੱਥੇ ਛੋਟੇ ਛੋਟੇ ਬੱਚਿਆਂ ਨੇ ਖੂਨ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਨੂੰ ਲੈਟਰ ਲਿਖੀ ਹੈ ਕਿ ਸਾਡੇ ਪੇਰੈਂਟਸ ਨੂੰ 7 ਮਹੀਨੇ ਤੋਂ ਤਨਖਾਹ ਨਹੀਂ ਮਿਲ ਰਹੀ, ਅਸੀਂ ਸਕੂਲ ਦੀ ਫੀਸ ਭਰਨੀ ਹੈ, ਸਾਡੇ ਘਰਾਂ ਵਿੱਚ ਬਿਜਲੀ ਦਾ ਬਿੱਲ ਆ ਰਿਹਾ ਹੈ, ਜਾਂ ਸਾਡੀਆਂ ਹੋਰ ਜ਼ਰੂਰਤਾਂ ਨੇ, ਅਸੀਂ ਕਿਵੇਂ ਪੂਰਾ ਕਰਾਂਗੇ? ਔਰ ਉਸ ਬੱਚਿਆਂ ਨੇ ਜਿਹੜੀ ਸਨੈਪ ਪਾਈ ਹੈ, ਬੱਚੇ ਸਾਰੇ ਦੇ ਸਾਰੇ ਰੋ ਰਹੇ ਨੇ ਔਰ ਪੂਰੀ ਲੈਟਰ ਖੂਨ ਦੇ ਨਾਲ ਲਿਖੀ ਹੋਈ ਹੈ ਜਿਹਦੇ ਵਿੱਚ ਉਹਨਾਂ ਨੇ ਮੰਗਾਂ ਲਿਖੀਆਂ ਨੇ
ਤਾਂ ਅਗਰ ਇਸ ਤੋਂ ਬਾਅਦ ਵੀ ਕੈਪਟਨ ਸਰਕਾਰ ਸੁੱਤੀ ਪਈ ਏ ਤਾਂ ਕੈਪਟਨ ਸਰਕਾਰ ਜਾਗੇਗੀ ਕਦੋਂ ਕਦੋਂ ਲੋਕਾਂ ਵੱਲ ਧਿਆਨ ਦੇਗੀ ਕਿਉਂਕਿ ਇਹੀ ਸਮਾਂ ਏ ਜਦੋਂ ਉਹ ਲੋਕਾਂ ਵਾਸਤੇ ਸੋਚੇ ਤੇ ਕਰੋਨਾ ਮਹਾਮਾਰੀ ਦਾ ਜਿਹੜਾ ਪ੍ਰਕੋਪ ਚੱਲ ਰਿਹਾ ਚਲੋ ਉਹ ਤਾਂ ਇੱਕ ਕੁਦਰਤੀ ਮਹਾਮਾਰੀ ਏ ਜਿਹਨੂੰ ਦੂਰ ਕਰਨਾ ਕਿਤੇ ਨਾ ਕਿਤੇ ਰੱਬ ਦੇ ਹੱਥ ਚ ਤੇ ਲੇਕਿਨ ਉਹਦੇ ਵਾਸਤੇ ਆਪਾਂ ਨੂੰ ਵੀ ਕੰਮ ਕਰਨਾ ਪਏਗਾ ਔਰ ਉਹਦੇ ਵਾਸਤੇ ਅਗਰ ਸਾਰੇ ਲੋਕ ਅੱਗੇ ਆਉਣਗੇ ਤਾਂ ਮੈਨੂੰ ਲੱਗਦਾ ਆਪਾਂ ਇਸ ਮਹਾਮਾਰੀ ਨੂੰ ਦੂਰ ਕਰਨ ਵਾਸਤੇ ਕਾਫੀ ਹੈਲਪ ਕਰ ਸਕਦੇ ਹਾਂ ਤੇ ਮੈਂ ਇੱਕ ਵਾਰੀ ਫਿਰ ਸਰਕਾਰ ਦਾ ਧਿਆਨ ਦਿਵਾਉਣਾ ਚਾਹੁੰਦੀ ਹਾਂ ਕਿ ਉਹ ਇਸ ਕਰੋਨਾ ਮਹਾਮਾਰੀ ਦਾ ਜਿਹੜਾ ਕ੍ਰੂਸ਼ੀਅਲ ਪੀਰੀਅਡ ਚੱਲ ਰਿਹਾ ਉਹਦੇ ਵਿੱਚ ਲੋਕਾਂ ਵੱਲ ਧਿਆਨ ਦੇਣ ਤਾਂ ਕਿ ਲੋਕੀ ਆਪਣੇ ਘਰਾਂ ਵਿੱਚ ਬੈਠ ਕੇ ਡਿਪਰੈਸ਼ਨ ਦਾ ਸ਼ਿਕਾਰ ਨਾ ਹੋਣ ਆਪਣੇ ਘਰਾਂ ਵਿੱਚ ਬੈਠ ਕੇ ਹੀ ਮਾਨਸਿਕ ਹਰਾਸਮੈਂਟ ਦਾ ਸ਼ਿਕਾਰ ਨਾ ਹੋਣ ਬਲਕਿ ਉਹਨਾਂ ਦਾ ਸਾਥ ਦੇ ਕੇ ਉਹਨਾਂ ਨੂੰ ਇਸ ਪੀੜਾ ਤੋਂ ਬਾਹਰ ਲੈ ਕੇ ਆਇਆ ਜਾਵੇ। एबीएन न्यूज चैनल देखने वाले सभी दर्शकों से हम अपील करते हैं कि एबीएन न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें। जय हिंद, जय भारत।